ਨਹੀਂ ਖੜਨ ਦਿੰਦੇ ਹੈਗੇ, ਰਾਤ ਨੂੰ ਤਾਂ ਜਮੀ ਨਹੀਂ ਖੜਨ ਦਿੰਦੇ ਹੈ, ਰਾਤ ਨੂੰ ਤਾਂ ਬਸ ਚਲੋ 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 ਐਂ ਹੋਈ ਜਾਂਦੀ ਹੈ। ਆ ਇਸ ਵਕਤ ਹੈਗੇ ਅਸੀਂ ਹੋਟਲ 'ਤੇ ਚੱਲਿਆ ਚਾਹ ਲੈਣੇ ਆ ਅੱਜ ਆਪਣਾ ਕੁੰਡਲੀ ਬਾਰਡਰ ਰੋਡ ਆਗਰੇ ਤੋਂ ਕੁੰਡਲੀ ਨੂੰ ਆਇਆ ਔਰ ਰਾਣੀ ਖੜੀ ਉੱਪਰ ਅਤੇ ਉੱਤੋਂ ਉੱਧਰ ਗਿਆ ਮੈਂ ਚਾਹ ਲੈਣ ਆਇਆ ਥੱਲੇ, ਕਿਉਂਕਿ ਰੋਡ ਦੇ ਉੱਪਰ ਨਹੀਂ ਹੋਟਲ ਹੈਗਾ, ਥੱਲੇ ਹੋਟਲ ਹੈ ਅਤੇ ਗੱਡੀਆਂ ਵਾਲੇ ਭਾਂਦੇ ਉੱਧਰੋਂ ਠੇਕੇ ਵਾਲੂ ਦਾਰੂ ਲੈਣ, ਚਾਹ ਪੀਣੀ ਹੈ ਚਾਹ ਲੈਣੀ ਹੈ। ਆ ਜਾ ਹੋਇਆ ਤਾਂ ਨਾ ਬਾਤੀ ਚਾਹ ਪੀਣ ਨੂੰ ਦਿੱਲੀ ਕਰਦਾ ਯਾਰ, ਇਹ ਹੋਟਲ ਵਧੀਆ ਬਣਾਇਆ ਤਾ ਉਹਨਾਂ ਰੋਡ ਤੋਂ ਥੱਲੇ ਉੱਪਰ, ਇਹਦੇ ਰੋਡ ਦੇ ਹੋਟਲ ਬਣਾਉਣ ਨਹੀਂ ਦਿੰਦੇ ਕਿਉਂਕਿ ਹੋਟਲ ਉੱਪਰ ਰੋਡ ਨਹੀਂ ਬਣਾ ਸਕਦੇ, ਇਸ ਕਰਕੇ ਰੋਡ ਦੇ ਥੋੜ੍ਹੇ ਛੱਡਵੇਂ ਹੋਟਲ ਬਣਾਏ ਪਿਆ ਤਾਂ ਉਹ ਚਾਹ ਲੱਗਿਆ ਲੈਣ, ਲੈ 20 ਰੁਪਏ ਦੀ ਚਾਹ ਪਾਈ ਆ ਤਾਂ ਆਪਣਾ ਆ ਜਾਂਦੀ ਆ ਭਰ ਕੇ ਜੇ ਬੰਦੇ ਨੇ ਲੈਣੀ ਹੋਵੇ 30 ਰੁਪਏ ਦੀ, ਕਿਉਂਕਿ ਉਹ ਰੋਡ ਦੇ ਉੱਪਰ ਨਹੀਂ ਬਣਾ ਸਕਦੇ ਆ ਯਾਰ ਹੋਟਲ, ਰੋਡ ਦੇ ਥੱਲੇ ਹੀ ਰੱਖਣਾ ਪੈਂਦਾ ਜਗਾਰਮੈਂਟ ਸਾਰਾ, ਪੁਲਿਸ ਵਾਲੇ ਖੇਡਦੇ ਆ ਕਿ ਰੋਡ ਪਰ ਬਣਾਉਣੀ ਚੀਜ਼ ਮਾੜੀ ਹੈ ਨਾ ਵੀ ਹੁੰਦੀ ਆ ਤਰੱਕੀ 92 ਰੋਡ ਜਾ ਕਰਿਆ ਵੈਸੇ ਹੋਟਲਾਂ ਨੂੰ। ਆ ਦੇਖੋ ਬਾਈ ਕਿਸੇ ਨੇ ਵਿਚਾਰਨਾ ਬੰਦ ਦਾ ਬੱਚਾ ਲਿਆ ਗਾ ਹੋਟਲ 'ਤੇ ਚੜ੍ਹਦਾ ਯਾਰ, ਛੱਡਣਾ ਨਹੀਂ ਚਾਹੀਦਾ ਦੇਖੋ ਕਿਸੇ ਬੱਚੇ ਨੂੰ ਮਾਂ ਤੋਂ ਤੱਕ ਵੀ ਨਹੀਂ ਕਰਨਾ ਚਾਹੀਦਾ ਯਾਰ, ਇੱਕ ਇਨਸਾਨ ਦੇ ਬੱਚੇ ਵਰ ਗਈ ਆ, ਇਨਸਾਨ ਦੇ ਬੱਚੇ 'ਚ ਪੀਲੀ ਹੁੰਦੀ ਹੈ ਯਾਰ, ਅਤੇ ਹੁਣ ਤਾਂ ਜਿਹੜਾ ਨੱਚਣਾ ਮੁੰਡਾ ਲੱਗਾ ਨਹੀਂ ਪਹਿਲਾਂ ਤਾਂ ਨੱਚਦਾ ਵੀ ਨਹੀਂ ਜਾਂਦਾ ਛੱਡਣਾ ਨਹੀਂ ਚਾਹੀਦਾ ਯਾਰ, ਮਾਂ ਦੇ ਲੱਗ ਨਹੀਂ ਕਰਨਾ ਚਾਹੀਦਾ ਨਾ, ਇੱਕ ਇਨਸਾਨ ਦੇ ਬੱਚੇ ਵਾਲੀ ਫੀਲਿੰਗ ਹੁੰਦੀ ਹੈ ਜਿਵੇਂ ਪੂਰੀ ਯਾਰ, ਛੱਡਣਾ ਨਹੀਂ ਚਾਹੀਦਾ ਯਾਰ ਬਾਈ, ਜਿਹੜਾ ਵੀ ਛੱਡ ਕੇ ਜਾਂਦਾ ਨਾ ਤੀਜਾ ਤਾਂ ਭੁਗਤਣਾ ਹੀ ਪੈਣਾ ਬਾਈ, ਮਾਂ ਦੇ ਅਗਰ ਬੱਚਾ ਜਦਾ ਕਰਨਾ ਨਾ ਮਾਂ ਦੀ ਦੁਆ ਬਈ ਰੱਬ ਨੂੰ ਧੂਪ ਆਉਂਦੀ ਆ, ਤਾਂ ਮੇਰਾ ਬਾਈ ਹੱਥ ਬੰਨ ਕੇ ਬਹਿੰਦੀ ਆ ਕਿਸੇ ਨੂੰ, ਇੱਦਾਂ ਬੱਚਾ ਨਾ ਕਿਸੇ ਦਾ ਅਲੱਗ ਕਰੋ ਯਾਰ, ਚਾਹੇ ਜਾਨਵਰ ਦਾ ਚਾਹੇ ਇਨਸਾਨ ਦਾ। ਓਏ ਆ ਦੇਖੋ ਬਾਈ ਇਨਸਾਨ ਦੇ ਬੱਚੇ ਵਾਂਗੂ ਕਰਦੀ ਹੈ, ਖੰਘ ਲੱਗ ਗਈ ਆ ਦੇ, ਮੈਂ ਕਹਿੰਦਾ ਜਿੱਦਾਂ ਬੱਚੇ ਆ ਦੇ ਹਾਂ ਹਾਂ, ਕਿੰਨੀ ਪੈਦੀ ਵਧੀਆ ਚੀਜ਼ ਹੈ ਯਾਰ, ਜਿੱਦਾਂ ਇੱਕ ਬੱਚਾ ਕਰਦਾ ਹੈ ਨੀ ਉਹ ਉਂਗਲੀਆਂ ਦੇਖੋ, ਮੈਂ ਤਾਂ ਭੈਣ ਆਪਣੇ ਹਥੇੜੀਆਂ ਆਪਣੇ ਵਰਗੀਆਂ ਉਹ ਰਹਿੰਦੀਆਂ ਜਿੱਦਾਂ ਲਕੀਰਾਂ ਹੁੰਦੀਆਂ ਉਹਦੇ ਦੀਪ, ਇਹਦਾ ਧਿਆਨ ਨਾਲੇ ਮੇਰੇ ਨਾਲ ਇੱਧਰ ਫੋਨ ਵੱਲ ਹੈ ਨਾਲੇ ਚਾਹ ਪੀਣਾ ਉੱਧਰ, ਓਏ ਓਏ ਇਸਦਾ ਨਾਮ ਰਾਮੂ, ਉਹ ਦੇਖੋ ਕਿਆ ਕਰਦਾ ਰਾਮੂ, ਬਾਂਦਰੀ ਹੈ ਸ਼੍ਰੀ